ਬੀਤੇ ਦਿਨੀ 525ਵਾਂ ਸ਼ੁਭ ਜਨਮ ਦਿਹਾੜਾ ਡੇਰਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪਿੰਡ ਝੁੱਗਾ ਖੁਰਦ ਮੋਗਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਬਾਬਾ ਭੋਲਾ ਭਗਤ ਜੀ ਦੀ ਦੇਖ ਰੇਖ ਵਿੱਚ ਸਮੂਹ ਨਗਰ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮੇਂ ਬਹੁਤ ਵੱਡੇ ਇਕੱਠੇ ਰੂਪ ਵਿੱਚ ਸੰਗਤਾਂ ਇਕੱਤਰ ਹੋਈਆਂ। ਇਸ ਸਮਾਗਮ ਵਿੱਚ ਉੱਚ ਕੋਟੀ ਦੇ ਵਿਦਵਾਨ ਨਿਰਮਲ ਸੰਪਦਾਏ ਦੇ ਮਹੰਤ ਕੀ ਢਾਡੀ ਕਵਿਸ਼ਰੀ ਤੇ ਸੰਤ ਸਮਾਜ ਦੇ ਮਹਾਂਪੁਰਸ਼ਾਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰ ਜਲ ਸਿਮਰਨ ਕਰਵਾਇਆ। ਇਸ ਸਮੇਂ ਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਏ ਗਏ। ਆਹ
ਅੰਤ ਵਿੱਚ ਪਹੁੰਚੀਆਂ ਸ਼ਖਸੀਅਤਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰੂ ਘਰ ਦਾ ਲੰਗਰ ਅਟੁੱਟ ਵਰਤਿਆ ਅਤੇ ਸੇਵਾਦਾਰਾਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਸੇਵਾਵਾਂ ਨਿਭਾਈ ਗਈ। ਅੰਤ ਵਿੱਚ ਬਾਬਾ ਭੋਲਾ ਭਗਤ ਜੀ ਨੇ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ। ਮੈਂ ਬਾਬਾ ਭੋਲਾ ਭਗਤ ਡੇਰਾ ਬਾਬਾ ਸ਼੍ਰੀ ਚੰਦ ਜੀ ਚੁੱਗਾ ਖੁਰਦ ਤੋਂ ਬੋਲ ਰਿਹਾ ਹੈ। ਇਸ ਸਥਾਨ 'ਤੇ 3 ਭੰਡਾਰੇ ਕੀਤੇ ਜਾਂਦੇ ਸਾਲ ਵਿੱਚ। ਜਿਹੜਾ ਇਹ ਭਾਦੋਂ ਦੀ ਨੌਵੀਂ ਦਾ ਸ਼੍ਰੀ ਚੰਦ ਜਨਮ ਦਿਨ ਮਨਾ ਰਹੇ ਹੈ, ਇਹ ਮੇਰੇ ਅਨਾਰੇ ਵੀਰ ਨਗਰ ਨਿਵਾਸੀ ਮੇਰੀ ਸਾਰੀ ਸੰਗਤ ਸਾਧੂ ਸਮਾਜ ਰਲ ਮਿਲ ਕੇ ਅਸੀਂ ਇਕੱਤਰ ਹੋ ਕੇ ਇਸ ਸਾਲਾਨਾ ਸਮਾਗਮ ਮਨਾਉਂਦੇ ਹਾਂ। ਇਸ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਮੇਰੇ ਵੀਰ ਰਹਿੰਦੇ ਇਹਨਾਂ ਨੇ ਬੜਾ ਸਹਿਯੋਗ ਦਿੱਤਾ। 525ਵਾਂ ਜਨਮਦਿਨ ਮਨਾ ਰਹੇ ਅਸੀਂ, ਜਿਸ ਵਿੱਚ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਹਾਜ਼ਰੀਆਂ ਲਵਾਈਆਂ। ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਆਪਦਾ ਕੀਮਤੀ ਸਮਾਂ ਕੱਢ ਕੇ ਸਾਰਿਆਂ ਨੇ ਇੱਥੇ ਹਾਜ਼ਰੀਆਂ ਭਰੀਆਂ। ਮੈਂ ਸਾਰੀ ਸੰਗਤ ਦਾ, ਮਾਈਆਂ ਬੀਬੀਆਂ ਦਾ, ਸੰਤ ਸਮਾਜ ਦਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਹੋਰ ਜਗਤ ਗੁਰੂ ਸ਼੍ਰੀ ਚੰਦਰ।